ਮਤਲਬ ਜਿਹਾ ਹੈ ਕਿ ਪੱਖੋਂ ਰੋਲ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ ਤਾਂ ਜੋ ਇਹ ਬੰਦ ਕੀਤਾ ਹੈ ਜਿਹੜਾ ਬ੍ਰਿਜ ਬਿਲਕੁਲ ਹੀ ਇਹਦਾ ਕੰਮ ਚੱਲ ਸਕੇ ਅਤੇ ਲੋਕਾਂ ਨੂੰ ਸੌਖਾ ਹੋ ਸਕੇ ਅਤੇ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਲੱਕੀ ਰਾਈਡਸ ਐਂਡ ਵਲੋਗਸ ਹਾਜ਼ਰ ਹਾਂ ਤੁਹਾਡੇ ਲਈ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਹੈਗੀ ਹੋਲੀ ਅਤੇ ਸਾਰਿਆਂ ਨੂੰ ਪਹਿਲਾਂ ਤਾਂ ਹੋਲੀ ਦੀਆਂ ਬਹੁਤ ਬਹੁਤ ਵਧਾਈਆਂ ਹੈਪੀ ਹੋਲੀ ਅਤੇ ਚਲੋ ਅੱਜ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਲੁਧਿਆਣੇ ਦੀ ਗੇੜੀ 'ਤੇ ਦਿਖਾ ਕੇ ਲਿਆਉਂਦੇ ਹਾਂ ਤੁਹਾਨੂੰ ਲੁਧਿਆਣਾ ਕਾਫੀ ਦੇਰ ਪਹਿਲਾਂ ਇੱਕ ਮੇਰੇ ਵੀਰ ਦੀ ਰਿਕੁਐਸਟ ਆਈ ਸੀ ਕਹਿੰਦੇ ਪੱਖੋਆ ਰੋਡ ਜਿਹੜੀ ਪੁਲ ਬਣ ਰਿਹਾ ਸੀ ਉਹ ਦਿਖਾਇਓ ਅਤੇ ਪੱਖੋਆ ਰੋਡ ਦੀ ਵੀਡੀਓ ਬਣਾਇਓ ਸੋ ਅੱਜ ਮੌਕਾ ਲੱਗਿਆ ਅਤੇ ਆਪਾਂ ਚੱਲਦੇ ਹਾਂ ਪੱਖੋਆ ਰੋਡ 'ਤੇ ਦਿਖਾ ਕੇ ਲਿਆਉਣਾ ਤੁਹਾਨੂੰ ਵੀਡੀਓ ਅਤੇ ਇੱਕ ਹੋਲੀ ਦੀ ਛੋਟੀ ਜਿਹੀ ਝਲਕ ਦਿਖਾਉਣਾ ਮੈਂ ਦੇਖੋ ਅਤੇ ਮਿਲਦਾ ਫਿਰ ਬਾਅਦ 'ਚੋਂ ਹੋਲੀ ਲਓ ਜੀ ਦੇਖ ਲਓ ਹੋਲੀ ਖੇਡਦੇ ਨਿਆਣੇ ਉਹਦੇ ਬੋਰੀ ਲੱਦ ਲਈ ਉਹਨੇ ਹੁਣ ਜਾਊਗਾ ਖੇਡਣ ਦੇਖ ਲਓ ਆਹ ਵੀ ਲੱਗੇ ਹੋਏ ਖੇਡਣ ਕਿੱਦਾਂ ਲਿਬੜੇ ਫਿਰਦੇ ਆ ਅਗਲੇ ਨੇ ਸਾਈਕਲ 'ਤੇ ਟੰਗੇ ਆ ਦੇ ਝੋਲੇ ਉਹ 'ਚ ਗਵਾਰੇ ਆ ਅਤੇ ਰੰਗ ਆ ਹਾਂਜੀ ਇਹ ਸੀਗਾ ਕਿ ਛੋਟਾ ਜਿਹਾ ਕਲਿੱਪ ਬੱਚੇ ਖੇਡਦੇ ਸੀ ਤਾਂ ਬੱਚਿਆਂ ਦੀ ਵੀਡੀਓ ਬਣਾਈ ਸੀ ਮੈਂ ਤਾਂ ਹੋਲੀ ਖੇਡਦਾ ਨਹੀਂ ਮੈਨੂੰ ਪਸੰਦ ਨਹੀਂ ਕਿਉਂਕਿ ਅੱਜ ਕੱਲ੍ਹ ਯਾਰ ਰੰਗ ਜਿਹੜੇ ਹੈਗੇ ਆ ਵਧੀਆ ਨਹੀਂ ਆਉਂਦੇ ਕੈਮੀਕਲ ਹੁੰਦਾ ਆ ਸੋ ਆਪਾਂ ਖੇਡੀ ਦੀ ਨਹੀਂ ਅੱਖਾਂ ਉੱਖਾਂ 'ਚ ਪੈ ਜਾਂਦਾ ਐਵੇਂ ਖਰਾਬ ਕਰਦੀ ਅੱਖਾਂ ਸੋ ਚਲੋ ਚੱਲਦੇ ਹਾਂ ਫਿਰ ਆਪਾਂ ਗੇੜੀ 'ਤੇ ਅਤੇ ਤੁਹਾਨੂੰ ਦਿਖਾ ਕੇ ਲਿਆਉਂਦਾ ਲੁਧਿਆਣਾ ਅਤੇ ਚੈਨਲ 'ਤੇ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਚਲੋ ਫਿਰ ਚੱਲੀਏ ਆ ਜਾਓ ਆ ਹੈਗਾ ਲਿਬੜਾ ਬੱਸ ਸਟੈਂਡ ਦਾ ਦਫ਼ਤਰ ਇਹਦੇ ਬੱਸਾਂ ਖੜੀਆਂ ਲਿਬੜੇ ਦਾ ਆ ਹੈਗਾ ਜੀ ਲਿਬੜੇ ਦਾ ਦਫ਼ਤਰ ਲਿਬੜਾ ਬੱਸ ਸਟੈਂਡ ਅਤੇ ਸਾਹਮਣੇ ਹੈਗੀ ਜੀ ਦੁਗਰੀ ਰੋਡ ਅਤੇ ਆਪਾਂ ਜਾਣਾ ਪੱਖੋਆ ਰੋਡ 'ਤੇ ਇਹ ਹੈਗੀ ਜੀ ਦਾਣਾ ਮੰਡੀ ਵੱਲੋਂ ਆਉਂਦੀ ਆ ਜਿਹੜੀ ਰੋੜਾ ਪੈਲੇਸ ਦੇ ਨਾਲ ਸਿੱਧੀ ਰੋਡ ਆਉਂਦੀ ਹੈ ਉਹ ਰੋਡ ਆ ਅਤੇ ਆਪਾਂ ਮੁੜਨ ਲੱਗੇ ਸੀ ਮੋਲਟਨ ਵਾਲੇ ਪਾਸੇ ਬਟ ਮੁੜਿਆ ਨਹੀਂ ਮੈਂ ਦੇਖੋ ਸਾਹਮਣੇ ਹੋ ਰਿਹਾ ਸਨਸੈੱਟ ਕਿੰਨਾ ਹੀ ਪਿਆਰਾ ਲੱਗ ਰਿਹਾ ਹੁਣ ਦਰੱਖਤਾਂ ਦੇ ਪਿੱਛੇ ਲੁਕ ਰਿਹਾ ਆ ਉਹ ਦੇਖੋ ਸਾਹਮਣੇ ਯੈਲੋ ਯੈਲੋ ਹੋ ਰੱਖਿਆ ਸਾਰਾ ਹੀ ਅਤੇ ਚਲੋ ਅੱਗੇ ਚੱਲ ਕੇ ਦਿਖਾਉਂਦੇ ਆ ਇੱਧਰ ਪਾਰਕ ਆ ਇੱਧਰ ਦੇਖੋ ਗਰੀਨਰੀ ਕਿੰਨੀ ਵਧੀਆ ਆਲੇ ਦੁਆਲੇ ਸਾਰੀ ਗਰੀਨਰੀ ਗਰੀਨਰੀ ਆ ਲਓ ਜੀ ਉਹ ਸਾਹਮਣੇ ਆ ਗਿਆ ਬਾਬਾ ਦੀਪ ਸਿੰਘ ਚੌਂਕ ਇਹ ਹੈਗਾ ਮੋਲਟਨ ਐਕਸਟੈਂਸ਼ਨ ਇਹ ਮੋਲਟਨ ਐਕਸਟੈਂਸ਼ਨ ਦਾ ਗੁਰਦੁਆਰਾ ਸਾਹਿਬ ਅਤੇ ਸਾਹਮਣੇ ਹੈਗਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਚੌਂਕ 'ਚ ਦੇਖੋ ਖੰਡਾ ਕਿੰਨਾ ਸੋਹਣਾ ਲਾਇਆ ਸਾਹਮਣੇ ਬਣ ਰਿਹਾ ਇੱਥੇ ਹਾਲ ਪੂਰਾ ਲਓ ਇਹ ਹੈਗੀ ਕ੍ਰਿਸ਼ਨਾ ਮੰਦਰ ਦੀ ਬੈਕ ਸਾਈਡ 'ਤੇ ਸਾਰੀ ਟਿਊਸ਼ਨ ਮਾਰਕੀਟ ਆ ਟ੍ਰੀ ਦੇਖੋ ਯਾਰ ਕਿੰਨਾ ਪੁਰਾਣਾ ਆ ਬਰਗਦ ਦਾ ਪੇੜ ਕਿੰਨਾ ਹੀ ਪੁਰਾਣਾ ਆ ਕਿੰਨਾ ਹੀ ਸੋਹਣਾ ਲੱਗਦਾ ਲਓ ਜੀ ਆ ਸਾਹਮਣੇ ਆ ਗਈ ਹੀਰੋ ਬੇਕਰੀ ਚੌਂਕ ਇਹ ਹੈਗੀ ਹੈ ਜੀ ਪੱਖੋਆ ਰੋਡ ਹੁਣ ਆ ਚੌਂਕ 'ਚ ਪੱਖੋਆ ਰੋਡ ਆ ਇੱਥੋਂ ਰਾਈਟ ਇੱਥੋਂ ਲੈਫਟ ਹੋ ਜਾਓ ਪੱਖੋਆ ਨੂੰ ਜਾਂਦਾ ਰਸਤਾ ਰਾਈਟ ਲੈਫਟ ਆ ਹੈਗਾ ਜਿਹੜਾ ਬ੍ਰਿਜ ਬਣ ਰਿਹਾ ਉੱਪਰ ਆਪਾਂ ਹੁਣ ਇੱਥੋਂ ਲੈਫਟ ਦੇਖਦੇ ਹਾਂ ਕਿੱਥੇ ਤੱਕ ਜਾਂਦੀ ਆ ਲਓ ਜੀ ਆ ਕਿੰਨੀ ਸੋਹਣੀ ਰੋਡ ਹੁੰਦੀ ਸੀ ਕਿਸੇ ਟਾਈਮ ਜਿਹਦਾ ਹੁਣ ਬਿਲਕੁਲ ਹੀ ਨਾਸ਼ ਮਾਰ ਦਿੱਤਾ ਗਿਆ ਇੱਥੇ ਬਣਨਾ ਅੰਡਰਪਾਸ ਜਿਹੜਾ ਕਿ ਹਲੇ ਬਣਦਾ ਕੰਮ ਬਿਲਕੁਲ ਹੀ ਆਹ ਉੱਪਰ ਬ੍ਰਿਜ ਆ ਜਿਹੜਾ ਬਣ ਰਿਹਾ ਆ ਨਵਾਂ ਇਹ ਆਈ ਥਿੰਕ ਨਾਲ ਨਾਲ ਦੇਖੋ ਥੱਲੇ ਆ ਇੱਧਰ ਰਾਈਟ ਸਾਈਡ 'ਤੇ ਅੰਡਰਪਾਸ ਆ ਇਹ ਅੰਡਰਪਾਸ ਵੀ ਬਣ ਰਿਹਾ ਇਹ ਹਲੇ ਬੰਦ ਕੀਤਾ ਹੋਇਆ ਚੱਲਿਆ ਨਹੀਂ ਉਹ ਦੇਖੋ ਸਾਹਮਣੇ ਇੱਕ ਝਲਕ ਬ੍ਰਿਜ ਦੀ ਬਟ ਇਹ ਵੀ ਚੱਲਿਆ ਨਹੀਂ ਹਲੇ ਮੇਰੇ ਖਿਆਲ ਨਾਲ ਕੰਮ ਬੰਦ ਹੀ ਆ ਵਿੱਚ ਹੀ ਕਦੋਂ ਦਾ ਬੰਦ ਹੋਇਆ ਹੋਇਆ ਇਹ ਪਤਾ ਨਹੀਂ ਕਦੋਂ ਸ਼ੁਰੂ ਹੋਣਾ ਪਿੱਛੇ ਇਹ ਲੋਕਾਂ ਨੇ ਲਾਹਨਤ ਵੀ ਪਾਈ ਸੀਗੀ ਇਹ ਤਾਂ ਵੀਡੀਓਜ਼ ਵੀ ਵਾਇਰਲ ਹੋਈਆਂ ਸੀ ਕਾਫੀ ਇਹ ਹੈਗਾ ਥੱਲੇ ਹੀ ਅੰਡਰਪਾਸ ਇੱਧਰ ਬ੍ਰਿਜ ਕਿਆ ਦੇਖ ਲਓ ਤੁਸੀਂ ਦੇਖ ਹੀ ਸਕਦੇ ਹੋ ਵਿੱਚ ਹੀ ਕੰਮ ਬੰਦ ਕੀਤਾ ਇਹਨਾਂ ਲੋਕਾਂ ਨੇ ਸਾਰੀ ਰੋਡ ਬਲੋਕ ਕੀਤੀ ਹੋਈ ਆ ਰੋਡ ਨਹੀਂ ਤਾਂ ਬਹੁਤ ਸੋਹਣੀ ਸੀਗੀ ਆ ਚੰਗੀ ਭਲੀ ਰੋਡ 'ਤੇ ਪੁਲ ਬਣਾ ਕੇ ਰੱਖਤਾ ਨਾ ਹੁਣ ਚਲਾਇਆ ਨਾ ਵਾਸਤਾ ਵਿੱਚ ਹੀ ਬੰਦ ਕਰਕੇ ਰੱਖਤਾ ਇਹਨਾਂ ਨੇ ਕੰਮ ਆ ਦੇਖ ਲਓ ਸਾਰਾ ਕੰਮ ਬੰਦ ਕੀਤਾ ਇੱਧਰ ਰੋਡ ਹੀ ਬੰਦ ਕੀਤੀ ਉਹ ਬਿਲਕੁਲ ਆਹ ਰਾਹ ਚਲਾਇਆ ਜਾਂਦਾ ਜੀ ਉੱਧਰ ਨੂੰ ਲਹਿਰ ਵੈਲੀ ਵਾਲੀ ਸਾਈਡ 'ਤੇ
ਆਪਣੇ ਸਰਾਭਾ ਨਗਰ ਵਾਲੀ ਸਾਈਡ 'ਤੇ ਆ ਸਿੱਧਾ ਚਲਿਆ ਜਾਂਦਾ, ਸਾਹਮਣੇ ਤਾਂ ਹੋਣਾ ਤੁਹਾਨੂੰ ਸਨਸੈੱਟ। ਇੱਥੇ ਵੀ ਅੰਡਰਪਾਸ ਬਣਿਆ ਹੋਇਆ, ਬਟ ਇਹ ਅੰਡਰਪਾਸ ਚੱਲਦਾ ਆ। ਆਹੋ ਰਿਹਾ ਜੀ ਸਨਸੈੱਟ, ਦੇਖੋ ਕਿੰਨਾ ਹੀ ਪਿਆਰਾ ਲੱਗ ਰਿਹਾ, ਪੂਰਾ ਔਰੇਂਜ ਔਰੇਂਜ ਹੋ ਰੱਖਿਆ, ਕਿੰਨਾ ਸੋਹਣਾ ਲੱਗ ਰਿਹਾ। ਦੇਖੋ ਕਿੰਨਾ ਹੀ ਪਿਆਰਾ ਵਿਊ ਆ ਰਿਹਾ ਸਨਸੈੱਟ ਦਾ। ਇੱਧਰ ਲੈਫਟ ਸਾਈਡ 'ਤੇ ਹੈਗੀ ਹੈ ਜੀ ਆਹ ਸਾਰੀ ਲੇਅਰ ਵੈਲੀ ਪਾਰਕ, ਯਾਰ ਸਰਾਭਾ ਨਗਰ ਦਾ ਰੋਡ ਆ ਸਾਰਾ, ਇੱਧਰ ਸਰਾਭਾ ਨਗਰ ਪੈ ਜਾਂਦਾ ਇੱਧਰਲੀ ਸਾਈਡ 'ਤੇ ਸਾਰਾ। ਦੇਖਦਾ ਪਰਲੇ ਪਾਸੇ ਜਾ ਕੇ, ਜੇ ਬ੍ਰਿਜ ਦੇ ਪਰਲੇ ਪਾਸੇ ਜਾ ਸਕੀਏ ਆਪਾਂ ਕਵਾਲ ਰੋਡ ਵਾਲੇ ਦੇ। ਆਪੋ ਤੋਂ ਦੇਖ ਲਓ ਸਾਹਮਣੇ ਸਰਾਭਾ ਨਗਰ ਆ ਨਹਿਰ ਨਾਲ, ਕਿੰਨਾ ਸੋਹਣਾ ਵਿਊ ਆ ਰਿਹਾ। ਆਹ ਦੇਖ ਲਓ ਆਹ ਪੱਖੋਵਾਲ ਰੋਡ ਵਾਲਾ ਜਿਹੜਾ ਪੁਲ ਬਣ ਰਿਹਾ ਸਾਹਮਣੇ, ਆਹ ਆ ਜੀ ਉਹ ਪੁਲ ਸਾਹਮਣੇ ਜਿਹੜਾ ਦਿਖ ਰਿਹਾ ਤੁਹਾਨੂੰ, ਅਤੇ ਇਹਦਾ ਹਾਲ ਦੇਖ ਲਓ, ਇਹ ਬੰਦ ਕੀਤਾ ਕਿੱਦਾਂ ਇੱਥੇ ਖਲਾਰਾ ਪਾਇਆ, ਅੰਡਰਪਾਸ ਬਣ ਰਿਹਾ ਵੀ ਨਹੀਂ ਕੰਪਲੀਟ ਕੀਤਾ ਪੂਰਾ, ਵਿੱਚ ਹੀ ਛੱਡਿਆ ਸਾਰਾ ਕੰਮ। ਉਹ ਬ੍ਰਿਜ ਤੁਹਾਨੂੰ ਗਾਹਾਂ ਜਾ ਕੇ ਦਿਖਾਉਣਾ ਥੋੜ੍ਹਾ ਜਿਹਾ, ਸਾਹਮਣੇ ਦੇਖੋ ਵਿਊ ਕਿੰਨਾ ਪਿਆਰਾ ਆ ਰਿਹਾ ਯਾਰ, ਬੱਦਲਾਂ ਦੇ ਔਰੇਂਜ ਔਰੇਂਜ। ਅੱਜ ਹੈਗਾ ਹੋਲਾ ਮਹੱਲਾ, ਅਤੇ ਸੰਗਤਾਂ ਹੋਲੇ ਮਹੱਲੇ ਤੋਂ ਵਾਪਸ ਆ ਰਹੀਆਂ। ਆਹ ਦੇਖ ਰਿਹਾ ਸਾਹਮਣੇ ਇਹ ਹੈਗਾ ਜੀ ਪੱਖੋਵਾਲ ਰੋਡ ਵਾਲਾ ਜਿਹੜਾ ਪੁਲ ਬਣ ਰਿਹਾ, ਦੇਖ ਲਓ ਬਿਲਕੁਲ ਹੀ ਕੰਮ ਰੁਕਿਆ, ਕੁਛ ਵੀ ਨਹੀਂ ਹੋ ਰਿਹਾ ਇੱਥੇ, ਨਾਲ ਹੀ ਅੰਡਰਪਾਸ ਵੀ ਬਣ ਰਿਹਾ ਸੀ ਸਾਹਮਣੇ, ਦੇਖ ਲਓ ਪੁਲ ਬਿਲਕੁਲ ਹੀ ਬੰਦ ਕੀਤਾ ਆ। ਅਤੇ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀਗੀ, ਅਤੇ ਲੋਕਾਂ ਨੇ ਕਾਫੀ ਲੋਕਾਂ ਨੇ ਆ ਕੇ ਇੱਥੇ ਥੋੜ੍ਹਾ ਬਹੁਤ ਪ੍ਰੋਟੈਸਟ ਕੀਤਾ ਸੀ, ਬਟ ਉਹਦਾ ਕੋਈ ਅਸਰ ਨਹੀਂ ਪੈ ਰਿਹਾ ਕਿਸੇ 'ਤੇ ਵੀ। ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ, ਤਾਂ ਜੋ ਇਹ ਆਪਣੇ ਗਵਰਨਮੈਂਟ ਤੱਕ ਪਹੁੰਚ ਸਕੇ, ਇਹ ਬੰਦ ਕੀਤਾ ਜਿਹੜਾ ਬ੍ਰਿਜ ਬਿਲਕੁਲ ਹੀ ਇਹਦਾ ਕੰਮ ਚੱਲ ਸਕੇ ਅਤੇ ਲੋਕਾਂ ਨੂੰ ਸੌਖਾ ਹੋ ਸਕੇ। ਦੇਖੋ ਟ੍ਰੈਫਿਕ ਨੂੰ ਕਿੰਨੀ ਦਿੱਕਤ ਆਉਂਦੀ ਹੈ ਲੋਕਾਂ ਨੂੰ ਇੱਧਰੋਂ, ਜੇ ਜਿਨ੍ਹਾਂ ਨੇ ਇੱਧਰ ਨੂੰ ਜਾਣਾ ਸੀ, ਬਟ ਕੁਛ ਨਹੀਂ ਗਾ, ਬਿਲਕੁਲ ਹੀ ਬੰਦ ਪਿਆ ਦੇਖ ਲਓ। ਹਾਲ ਦੇਖ ਲਓ ਕੀ ਕੀਤਾ ਹੋਇਆ ਪੱਟ ਪੱਟ ਕੇ, ਜੇ ਇੱਥੇ ਸਫਾਈ ਸਫੂਈ ਕਰਕੇ ਬਿਲਕੁਲ ਵਧੀਆ ਪਾਰਕਾਂ ਬਣਾ ਦਿੱਤੀਆਂ, ਕਿੰਨਾ ਸੋਹਣਾ ਲੱਗੇ ਇੱਥੋਂ। ਆਹ ਹੁਣ ਦੇਖ ਲਓ ਕਿਹੋ ਜਿਹਾ ਲੱਗਦਾ, ਨਹਿਰ ਦਾ ਵਿਊ ਦੇਖ ਲਓ ਕਿੰਨਾ ਸੋਹਣਾ ਆ ਰਿਹਾ ਉੱਪਰੋਂ। ਲਓ ਜੀ ਆਹ ਦੇਖ ਲਓ ਰਾਈਡਰ ਖੜ੍ਹੇ, ਇਹ ਬਾਈ ਹੁਣੇ ਰਾਈਡ ਕਰਕੇ ਆਇਆ ਲੱਗਦਾ ਕਿਤੋਂ, ਬਾਈਕ ਦੇਖ ਕਿਆ ਸ਼ਾਨਦਾਰ ਸੀ, ਕੋਈ ਨਹੀਂ ਇੱਕ ਦਿਨ ਆਪਾਂ ਵੀ ਲਵਾਂਗੇ। ਲਓ ਜੀ ਆਪਾਂ ਪੁਲ ਦੇ ਉੱਪਰ ਦੀ ਘੁੰਮ ਕੇ ਆ ਗਏ, ਫਿਰ ਸਾਹਮਣੇ ਪੱਖੋਵਾਲ ਰੋਡ 'ਤੇ, ਸਾਹਮਣੇ ਹੈਗੀ ਫਿਰ ਪੱਖੋਵਾਲ ਰੋਡ। ਉਹ ਬ੍ਰਿਜ ਦਿਖਾਉਣਾ ਤੁਹਾਨੂੰ ਪੁਲ ਦੇ, ਉਹ ਸੋਰੀ ਜਿਹੜਾ ਨਵਾਂ ਬਣ ਰਿਹਾ, ਹਾਂ ਉਹ ਦਿਖਾਉਣਾ ਜੀ ਉੱਪਰ ਦੀ ਵਿਊ ਪੁਲ ਦੇ ਉੱਪਰ, ਤਾਂ ਹੀ ਮੈਂ ਗਿਆ ਸੀਗਾ ਵੀ ਉੱਪਰੋਂ ਸਾਰਾ ਵਿਊ ਦਿਖੂਗਾ ਪ੍ਰੋਪਰ ਚੰਗੀ ਤਰ੍ਹਾਂ ਵੀ ਕਿੱਥੇ ਕਿੱਦਾਂ ਕਿੱਧਰ ਨੂੰ ਜਾ ਰਿਹਾ ਉਹ। ਅਤੇ ਆਹ ਸਾਹਮਣੇ ਹੈਗੀ ਰਾਈਟ ਲੈਫਟ ਪੱਖੋਵਾਲ ਰੋਡ, ਆ ਲੈਫਟ ਚਲੇ ਆਉਂਗੇ ਸਿੱਧਾ ਅੱਗੇ ਪੱਖੋਵਾਲ ਦਾਦ ਪਿੰਡ ਨੂੰ ਨਿਕਲ ਜਾਂਦੀ ਆ, ਰਾਈਟ ਫਿਰ ਸ਼ਹਿਰ ਵੱਲ ਨੂੰ ਵੜ ਜਾਂਦੀ ਆ। ਲਓ ਜੀ ਮੈਂ ਸੋਚਿਆ ਪੁਲ ਦੇ ਉੱਪਰੋਂ ਵਿਊ ਦਿਖਾਤਾ, ਨੀਚੇ ਜਾ ਕੇ ਵੀ ਦਿਖਾ ਦਈਏ। ਆਹ ਦੇਖ ਲਓ ਇੱਥੇ ਕੰਮ ਰੁਕਿਆ ਹੋਇਆ ਬਿਲਕੁਲ ਹੀ, ਆਹ ਹਾਲ ਆ ਸੜਕਾਂ ਦਾ ਇੱਥੇ ਦੇਖ ਲਓ, ਸੜਕਾਂ ਵੀ ਟੁੱਟੀਆਂ ਪਈਆਂ ਬਿਲਕੁਲ ਹੀ, ਖਰਾਬ ਕੀਤਾ ਹੋਇਆ ਸਾਰਾ, ਆਹ ਸਾਈਡ 'ਤੇ ਸਾਰੀ ਰੋਡ ਬਿਲਕੁਲ ਹੀ ਖਰਾਬ ਹੋਈ ਹੋਈ ਆ। ਲਓ ਜੀ ਆਹ ਹੈਗੀ ਪੱਖੋਵਾਲ ਰੋਡ, ਸਪੀਡ ਲਿਮਿਟ ਲਿਖੀ 40 ਦੀ, ਸ਼ਹੀਦ ਭਗਤ ਸਿੰਘ ਨਗਰ ਖੇਤਰ ਹੀ ਆ। ਆਹ ਦੇਖ ਲਓ ਹੋਲੀ ਖੇਲ ਕੇ ਕਿਹੋ ਜਿਹਾ ਰੰਗ ਬਿਰੰਗੇ ਲੋਕ, ਦੇਖ ਲਓ ਜੀ ਪੱਖੋਵਾਲ ਰੋਡ ਦਾ ਵਿਊ, ਤੁਸੀਂ ਕਹਿੰਦੇ ਪੱਖੋਵਾਲ ਰੋਡ ਦਿਖਾ ਦਿਓ, ਪੱਖੋਵਾਲ ਰੋਡ ਦਿਖਾ ਦਿਓ। ਆਹ ਜੇ ਕਿਸੇ ਨੇ ਟਾਈਲਾਂ ਵਗੈਰਾ ਜਿੱਦਾਂ ਘਰ ਲਈ ਲੈਣੀ ਹੋਣ ਜਾਂ ਪੱਥਰ ਵਗੈਰਾ ਲੈਣਾ ਹੋਵੇ, ਆਹ ਰੋਡ ਦੇ ਅੱਗੇ ਦਾਦ ਪਿੰਡ ਦੇ ਕੋਲ ਜਾ ਕੇ ਨਾ ਕਾਫੀ ਸਮਾਨ ਸਸਤਾ ਮਿਲਦਾ ਆ, ਕਾਫੀ ਰੇਟ ਘੱਟ ਨੇ ਉੱਥੇ ਨੋਰਮਲ ਨਾਲੋਂ, ਜਿਵੇਂ ਨੋਰਮਲ ਸ਼ੋਪਸ 'ਤੇ ਮਿਲਦੇ ਰਿਟੇਲ ਦੀ ਸ਼ੋਪ 'ਤੇ, ਉੱਥੇ ਹੋਲਸੇਲ ਦਾ ਸਾਰਾ ਕੰਮ। ਲਓ ਜੀ ਦੇਖੋ ਪੱਖੋਵਾਲ ਰੋਡ ਸਾਰੀ, ਹੁਣ ਤਾਂ ਸ਼ਾਮ ਹੋ ਗਿਆ ਕਾਫੀ ਬਾਜ਼ਾਰ ਖੁੱਲ੍ਹ ਗਿਆ, ਨਹੀਂ ਤਾਂ ਦੁਪਹਿਰੇ ਸਾਰਾ ਬਾਜ਼ਾਰ ਬੰਦ ਸੀ ਅੱਜ ਹੋਲੀ ਕਰਕੇ। ਆਹ ਹੈਗਾ ਜੀ ਇਹਦਾ ਸਟੇਡੀਅਮ, ਪੱਖੋਵਾਲ ਰੋਡ ਦਾ ਸਟੇਡੀਅਮ ਆ ਜੀ ਇਹ, ਆਹੀ ਰੋਡ ਆ ਉੱਥੇ ਅੰਦਰ ਕਰਕੇ ਇੱਕ ਸਿਟੀ ਸੈਂਟਰ ਬਣ ਰਿਹਾ ਸੀ, ਜਿਹੜਾ ਕਿ ਕੰਮ ਕਾਫੀ ਦੇਰ ਦਾ ਬੰਦ ਪਿਆ, ਉਹ ਵੀ
ਉਹਦਾ ਪਤਾ ਨਹੀਂ ਕੋਈ ਚੱਕਰ ਸੀ ਸ਼ਾਇਦ, ਆਈ ਡੋਂਟ ਨੋ, ਤੁਸੀਂ ਗੂਗਲ ਕਰਕੇ ਦੇਖ ਲਿਓ ਕੀ ਚੱਕਰ ਸੀ ਉਹਦਾ। ਲੁਧਿਆਣਾ ਸਿਟੀ ਸੈਂਟਰ ਕਰਕੇ ਸਰਚ ਮਾਰੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂ ਕੀ ਸੀ ਉਹਦਾ ਸੀਨ। ਤੁਸੀਂ ਲਓ ਨਜ਼ਾਰੇ ਪੱਖੋਆ ਰੋਡ ਦੇ। ਅੱਗੇ ਇੱਕ ਚੌਂਕ ਆਉਂਦਾ ਆ, ਉਹ ਚੌਂਕ ਤੋਂ ਅੱਗੇ ਜਦੋਂ ਲੰਘ ਜਾਓਗੇ ਤਾਂ ਉਹ ਸ਼ੋਪ ਸ਼ੁਰੂ ਹੋ ਜਾਂਦੀਆਂ ਨੇ, ਦੁਕਾਨਾਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਪੱਥਰਾਂ ਵਾਲੀਆਂ ਅਤੇ ਟਾਈਲਾਂ ਟੂਲਾਂ ਵਾਲੀਆਂ ਸਾਰੀਆਂ, ਜਿੱਥੋਂ ਤੁਸੀਂ ਪੱਥਰ ਅਤੇ ਟਾਈਲਾਂ ਵਗੈਰਾ ਹੋਲਸੇਲ ਰੇਟ 'ਤੇ ਪਰਚੇਜ਼ ਕਰ ਸਕਦੇ ਹੋ। ਇੱਥੋਂ ਲੈਫਟ ਹੋ ਕੇ ਰਸਤਾ ਨਿਕਲ ਜਾਂਦਾ ਜਿਵੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ, ਕਰਤਾਰ ਸਿੰਘ ਸਰਾਭਾ ਜੀ ਦਾ ਪਿੰਡ ਵੀ ਇੱਧਰ ਨੂੰ ਸਿੱਧਾ ਜਾ ਕੇ ਹੀ ਆ ਸਾਹਮਣੇ ਦੇਖੋ, ਰਾਏਕੋਟ ਵੀ ਇੱਧਰੋਂ ਸਿੱਧਾ ਰਸਤਾ ਨਿਕਲ ਜਾਂਦਾ, ਬਰਨਾਲਾ ਰਾਏਕੋਟ ਮਾਨਸਾ ਬਠਿੰਡਾ ਇੱਥੇ ਆ ਕੇ ਲੁਧਿਆਣੇ ਦੀ ਹੱਦ ਖਤਮ ਹੋ ਜਾਂਦੀ ਹੈ। ਲੁਧਿਆਣਾ ਆਉਣ 'ਤੇ ਧੰਨਵਾਦ, ਫਿਰ ਤੋਂ ਆਉਣਾ। ਆ ਗਿਆ ਜੀ ਚੌਂਕ, ਇਹ ਚੌਂਕ ਤੋਂ ਪਾਰ ਕਰਕੇ ਸਿੱਧਾ ਹੀ ਆ ਜਿਹੜੀਆਂ ਦੁਕਾਨਾਂ ਮੈਂ ਤੁਹਾਨੂੰ ਦੱਸ ਰਹੀ ਸ਼ੋਪਸ ਜੀ। ਦੱਸਿਆ ਅੱਜ ਕਾਫੀ ਸ਼ੋਪਸ ਬੰਦ ਆ ਹੋਲੀ ਕਰਕੇ। ਕਲੋਨੀ ਹੀ ਘੱਟ ਹੋ ਰਹੀ ਹੈ ਮੈਨੂੰ ਲੱਗਦਾ ਇੱਧਰ ਵੀ, ਉਹ ਫਲੈਟ ਬਣਨਗੇ। ਆ ਗਿਆ ਜੀ ਉੱਧਰ ਉਸ ਵੱਲ ਗਰੁੱਪ, ਇਹ ਫਲੈਟ ਆ ਸਾਰੇ, ਰਿਹਾਇਸ਼ੀ ਏਰੀਆ ਇੱਧਰ ਪੱਕੀ, ਦੇਖੋ ਕਿਆ ਸ਼ਾਨਦਾਰ ਬਣੀ ਹੋਈ ਇੱਧਰ। ਇਹ ਉਹ ਵਾਲੇ ਫਲੈਟ ਦੇਖੋ ਕਾਫੀ ਉੱਚੇ ਉੱਚੇ ਆ, ਉਹ ਸ਼ੋਪਸ ਇੱਥੋਂ ਸ਼ੁਰੂ ਹੋ ਜਾਂਦੀਆਂ ਨੇ ਆਪਣੀਆਂ, ਜਿਹੜੀ ਤੁਹਾਨੂੰ ਮੈਂ ਮਾਰਬਲਸ ਦੀਆਂ ਕਹਿ ਰਹੀ ਨਾ ਜਾਂ ਟਾਈਲਾਂ ਵਗੈਰਾ ਲੈਣੀਆਂ ਸੀ। ਅੱਜ ਤਾਂ ਬੰਦ ਹੀ ਹੋਈਆਂ ਹੋਲੀ ਕਰਕੇ। ਰੱਥ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਹੁਣ ਸਿਰਫ ਵਿਆਹਾਂ ਵੂਹਾਂ ਦੇ ਲੋਕ ਲੈ ਕੇ ਜਾਂਦੇ ਆ, ਇੱਕ ਆ ਜਾਂਦਾ ਇੱਕ ਹੋਰ ਜਾਂਦਾ ਆ। ਲਓ ਇਹ ਵੀ ਦੇਖ ਲਓ ਰਾਜੇ ਮਹਾਰਾਜਿਆਂ ਵਾਲੇ ਰੱਥ, ਹਾਈਟੈਕ ਗ੍ਰੇਨਾਈਟਸ ਸ਼ੁਰੂ ਹੋ ਗਈਆਂ ਦੁਕਾਨਾਂ। ਆਹ ਦੇਖੋ ਸਾਰੀਆਂ ਦੁਕਾਨਾਂ ਹੋਈ ਨੇ ਜੀ ਇੱਧਰ, ਆਹ ਦੇਖੋ ਸਾਰਾ ਪੱਥਰ ਹੀ ਮਿਲਣਾ ਤੁਹਾਨੂੰ ਇੱਥੇ। ਸਾਰੇ ਮਾਰਬਲ ਸਟੋਰ ਹੈਗੇ ਉਹਦੇ ਸਾਹਮਣੇ ਵੀ ਲਿਖਿਆ ਗ੍ਰੇਨਾਈਟ, ਟਾਈਲਾਂ ਹੀ ਟਾਈਲਾਂ। ਚਲੋ ਇਹ ਰਸਤਾ ਸਿੱਧਾ ਹੁਣ ਰਾਏਕੋਟ ਨੂੰ ਨਿਕਲ ਜਾਂਦਾ, ਫਿਰ ਹੁਣ ਆਪਾਂ ਰਾਏਕੋਟ ਤਾਂ ਨਹੀਂ ਜਾਣਾ, ਤੁਹਾਨੂੰ ਪੱਖੋਆ ਰੋਡ ਦਿਖਾਉਣੀ ਸੀ ਆਪਾਂ, ਲਗਾਤੀ ਆ ਬਾਕੀ ਵਾਪਸੀ ਚੱਲਦੇ ਹਾਂ ਇੱਥੋਂ ਹੁਣ ਆਪਾਂ, ਜੇ ਰਸਤੇ ਕੁਛ ਹੋਰ ਦੇਖਿਆ ਵਧੀਆ ਆਪਾਂ ਤੁਹਾਨੂੰ ਦਿਖਾਵਾਂਗੇ, ਅਤੇ ਚਲੋ ਚੱਲਦੇ ਹਾਂ ਵਾਪਸੀ ਅਤੇ ਮਿਲਦੇ ਹਾਂ ਤੁਹਾਨੂੰ ਫਿਰ ਰਸਤੇ 'ਚ। ਆਹ ਦੇਖ ਲਓ ਜੀ ਉਹ ਫਲੈਟ, ਪਹਿਲਾਂ ਦੇਖੇ ਨਹੀਂ ਚੰਗੀ ਤਰ੍ਹਾਂ, ਮੈਂ ਹੁਣ ਦਿਖਾ ਦਾਂ, ਕਾਫੀ ਕੋਸਟਲੀ ਆ ਫਲੈਟ, ਇਹ ਕਾਫੀ ਮਹਿੰਗੇ ਆ, ਮੈਂ ਸੁਣਿਆ ਕਰੋੜ ਕਰੋੜ ਤੱਕ ਵੀ ਹੈਗਾ ਇੱਥੇ ਫਲੈਟ, ਅਤੇ ਬਣੇ ਵੀ ਬਹੁਤ ਸੋਹਣੇ ਹੋਏ ਆਪਾਂ। ਹੁਣ ਹੋਣਾ ਸ਼ੁਰੂ ਹੋ ਗਿਆ ਜੀ ਹਨੇਰਾ, ਮੂੰਹ ਹਨੇਰਾ ਜਿਹਾ ਹੋ ਗਿਆ ਆ, ਲੋਕਾਂ ਨੇ ਲਾਈਟਾਂ ਜਗਾ ਲਈਆਂ ਮੋਟਰਸਾਈਕਲ ਸਕੂਟਰਾਂ ਗੱਡੀਆਂ ਦੀਆਂ, ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਵਾਪਸ। ਅਤੇ ਇਹ ਰੋਡ ਸਿੱਧੀ ਜਾਂਦੀ ਆ, ਜੇ ਤੁਸੀਂ ਬਿਲਕੁਲ ਸਿੱਧਾ ਨਹਿਰੋ ਨਹਿਰ ਚੱਲ ਜਾਓਗੇ ਤਾਂ ਦਰਾਹੇ ਚੱਲ ਜਾਓਗੇ ਸਿੱਧਾ ਹੀ, ਬਟ ਰਸਤੇ ਦੇ ਵਿੱਚ ਇਹ ਰੋਡ ਗਿੱਲ ਰੋਡ ਵੱਲ ਵੀ ਚਲੀ ਜਾਂਦੀ ਆ, ਅਤੇ ਆਪਾਂ ਜਾਣਾ ਹੈਗਾ ਗਿੱਲ ਰੋਡ ਵੱਲ ਵੀ ਘਰ ਜਾਣਾ ਆ। ਅਤੇ ਚਲੋ ਫਿਰ, ਵੈਸੇ ਰਾਤ ਦਾ ਵਿਊ ਦੇਖੋ, ਸ਼ਾਮ ਦਾ ਵਿਊ ਕਿੰਨਾ ਸੋਹਣਾ ਆਉਂਦਾ ਆ, ਠੰਡੀ ਠੰਡੀ ਹਵਾ ਚੱਲਦੀ ਆ, ਹੁਣ ਗਰਮੀਆਂ ਆ ਗਈਆਂ, ਹੁਣ ਹਵਾ ਠੰਡੀ ਠੰਡੀ ਵਧੀਆ ਲੱਗਦੀ ਆ। ਸੋ
चलो फिर चलते हैं, तो मिलते हैं तुम घर पहुँच के, क्योंकि हम ट्रैफिक थोड़ा ज़्यादा आ। सो हाँ जी फ्रेंड्स, आप आ गए सी वापस घर, तो उम्मीद करता थोनों अज की वीडियो वधिया लगी होगी। तुम देख ही लिया पखवा रोड से जो ब्रिज बन रहा वह की हाल आ, वो किन्नी देर हो गई बने ही नहीं, हजे तक उदी पिया आ, पता नहीं कुछ काम ही नहीं चल रहा वह, बिच ही चल पाया बिच ही फिर बंद करता, हूँ लोगों ने बड़ा उन्होंने जलूस भी कढ़िया पर फिर भी नहीं चल रहा। बाकी ये पखवाल रोड की वीडियो से काफ़ी देर तो मैं बनाई नहीं, मतलब कोशिश कर रहा था बना नहीं पा रहा क्योंकि टाइम ही नहीं लग रहा, सो अज टाइम लगे आप बनाती। सो चलो उम्मीद करता थोड़ा सारे वीडियो वधिया लगी होगी, जे वीडियो वधिया लगी तो वीडियो में शेयर जरूर करो, तो लाइक जरूर करो, तो वीडियो में कमेंट करके जरूर दस्यो वीडियो की वधिया लग्या की नहीं वधिया लग्या। तो बाकी चैनल में फटाफट सबसक्राइब कर लो, तो बैल आइकन बटन होगा नाल एक छोटा जिहा उन्हें भी दब लियो, ता जो साड़ी नवी वीडियो की नोटिफिकेशन थोड़े तक आ सके। वीडियो में अंत तक जरूर देखा करो, तो चलो मिलते हैं फिर अपन नवी वीडियो के नाल। ओके हम वीडियो करते थी एंड, ओके बाय, टेक केयर, बाय 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 बाय, टेक केयर, अब रखना।